लेखन ते सिरजना ਇਹ ਦੋਨਾਂ ਦਾ ਸੰਬੰਧ ਤੈਅ ਕਰਦੇ ਹੋਏ ਭਾਸ਼ਾ ਸਿਰਜਣਾ ਅਤੇ ਸਵੈ ਇਹ ਤਿੰਨ ਬਿੰਦੂਆਂ ਦੇ ਤ੍ਰਿਕੋਣ ਦਾ ਗਤੀਮਾਨ ਹੋਣਾ ਜ਼ਰੂਰੀ ਹੈ। ਭਾਸ਼ਾ ਸਵੈ ਦੇ ਨਾਲ, ਸਵੈ ਭਾਸ਼ਾ ਦੇ ਨਾਲ, ਭਾਸ਼ਾ ਸਿਰਜਣਾ ਨਾਲ, ਸਿਰਜਣਾ ਭਾਸ਼ਾ ਦੇ ਨਾਲ, ਸਿਰਜਣ ਸਵੈ ਦੇ ਨਾਲ ਅਤੇ ਸਵੈ ਸਿਰਜਣਾ ਦੇ ਨਾਲ, ਜਦੋਂ ਤਿੰਨਾਂ ਦਾ ਸੰਬੰਧ ਇਹ ਡਾਇਨਾਮਿਕ ਹੋ ਜਾਂਦਾ ਹੈ, ਗਤੀਸ਼ੀਲ ਹੋ ਜਾਂਦਾ ਹੈ, ਉਸ ਵੇਲੇ ਸਿਰਜਣਾ ਦੀ ਪ੍ਰਕਿਰਿਆ ਸਹਿਜ ਰੂਪ ਵਿੱਚ ਚੱਲਣ ਲੱਗਦੀ ਹੈ। ਇਸ ਨੂੰ ਅਸੀਂ ਸਰਕਲ ਆਫ ਕ੍ਰੀਏਟਿਵਿਟੀ ਕਹਿ ਸਕਦੇ ਹਾਂ। ਟ੍ਰਾਇੰਗਲ ਜਦੋਂ ਚੱਲਦਾ ਹੈ ਤਾਂ ਉਹ ਸਰਕਲ ਬਣਦਾ ਹੈ, ਔਰ ਤਿੰਨਾਂ ਦੇ ਆਪਸੀ ਸੰਬੰਧ ਨੂੰ ਅਸੀਂ ਟ੍ਰਾਇਲੈਕਟਿਕਸ ਆਫ ਕ੍ਰੀਏਟਿਵਿਟੀ ਸ਼ਾਇਦ ਕਹਿ ਸਕਦੇ। ਮੇਰਾ ਫਰੇਮ ਆਫ ਰੈਫਰੈਂਸ ਜਰਮਨ ਅਤੇ ਫਰੈਂਚ ਪੋਇਟ ਰਿਲਕੇ, ਨੋਬੇਲ ਲੋਰੀਏਟ ਲੂਈ ਗਲਿਕ, ਵਿਲੀਅਮ ਕਾਰਲਸ ਵਿਲੀਅਮਸ, ਪਾਣੀਨੀ, ਪਤੰਜਲੀ, ਲਿਊਸ ਹਾਈਟ, ਡੇਵਿਡ ਬੌਨ, ਨਾਬੋਕੋਵ, ਰਾਜਸ਼ੇਖਰ, ਧਰਮਪਦ ਔਰ ਤੰਤਰ ਦੇ ਪ੍ਰਸੰਗ ਵਿੱਚ ਹੋਵੇਗਾ। ਰਿਲਕੇ ਨੇ ਇੱਕ ਗੱਲ ਕਹੀ ਸੀ ਜਿਸ ਦੀ ਅੰਗਰੇਜ਼ੀ ਅਨੁਵਾਦ ਹੈ, ਬਟ ਮਾਸਟਰ ਹੂ ਟੋਟ ਆਲ ਕ੍ਰੀਚਰਸ ਦੇਅਰ ਈਅਰਸ। ਉਹ ਔਰਫੀਅਸ ਦੀ ਗੱਲ ਕਰਦਾ ਹੈ। ਔਰਫੀਅਸ ਜਿਹੜਾ ਪੱਛਮੀ ਕਾਵਿ ਜਗਤ ਦਾ ਪ੍ਰਾਈਮਲ ਕਵੀ ਹੈ, ਉਹ ਐਸਾ ਗੁਰੂ ਹੈ ਜਿਹੜਾ ਲੋਕਾਂ ਨੂੰ ਕੰਨ ਸਿਖਾਉਂਦਾ ਹੈ। ਅਸੀਂ ਬਿਨਾਂ ਕੰਨਾਂ ਦੇ ਹੁੰਦੇ ਹਾਂ, ਸਾਨੂੰ ਧੁਨੀ ਸੁਣਦੀ ਨਹੀਂ, ਪਰ ਉਹ ਕਵੀ, ਉਹ ਪ੍ਰਾਈਮਲ ਕਵੀ ਸਾਨੂੰ ਕੰਨ ਦਾਨ ਕਰਦਾ ਹੈ। ਇਹ ਸਿਰਜਣ ਦੀ ਪਰਿਭਾਸ਼ਾ ਇੱਕ ਕਾਵਿਕ ਪਰਿਭਾਸ਼ਾ ਹੈ। ਸੰਭਾਵਨਾਵਾਂ ਪੈਦਾ ਕਰਨਾ, ਕੰਨ ਈਜਾਦ ਕਰਨਾ, ਜ਼ੁਬਾਨ ਈਜਾਦ ਕਰਨਾ, ਔਰ ਇੰਦਰੀਆਂ ਈਜਾਦ ਕਰਨਾ, ਔਰ ਫਿਰ ਰੂਹ ਈਜਾਦ ਕਰਨਾ। ਕਿਹਾ ਜਾਂਦਾ ਹੈ ਕਿ ਜਾਦੂ ਜਾਦੂਗਰ ਲਈ ਨਹੀਂ ਹੁੰਦਾ। ਇਸ ਲਈ ਇੱਕ ਕਲਾਕਾਰ ਲਈ, ਇੱਕ ਕਵੀ ਲਈ, ਇੱਕ ਲੇਖਕ ਲਈ ਲੇਖਨ ਔਰ ਕਲਾ ਕੋਈ ਜਾਦੂ ਨਹੀਂ ਹੁੰਦੇ। ਕੁਛ ਦਿਨ ਪਹਿਲੇ ਐਨ ਪੈਚਟ ਦੀ ਕਿਤਾਬ ਆਈ ਅਤੇ ਜਿਸ ਦੇ ਵਿੱਚ ਉਸਨੇ ਇਹ ਜ਼ਿਕਰ ਕੀਤਾ ਕਿ ਜਦੋਂ ਮੈਂ ਕੁਛ ਲਿਖਣ ਲੱਗਦੀ ਤਾਂ ਸੋਚਦੀ ਕਿ ਮੇਰੇ ਅੰਦਰ ਇੱਕ ਤਿਤਲੀ ਹੈ, ਖੂਬਸੂਰਤ ਰੰਗ ਬਿਰੰਗੀ, ਜਿਸ ਦੀ ਮੈਂ ਕਲਪਨਾ ਕਰਦੀ ਹਾਂ, ਪਰ ਜਦੋਂ ਉਸਨੂੰ ਉਤਾਰ ਕੇ ਕਿਤਾਬ 'ਚ ਰੱਖਦੀ ਹਾਂ ਤਾਂ ਉਹ ਮਰ ਚੁੱਕੀ ਹੁੰਦੀ। ਸੋ ਜਿਹੜੀ ਕਿਤਾਬ ਤੁਸੀਂ ਪੜ੍ਹਦੇ ਹੋ ਮਰੀ ਹੋਈ ਤਿਤਲੀ ਹੁੰਦੀ ਹੈ, ਜ਼ਿੰਦਾ ਤਿਤਲੀ ਸਿਰਫ ਮੇਰੇ ਅੰਦਰ ਸੀ, ਕਿਉਂਕਿ ਜ਼ਿੰਦਾ ਤਿਤਲੀ ਨੂੰ ਕਿਤਾਬ 'ਚ ਉਤਾਰਨਾ ਸੰਭਵ ਨਹੀਂ ਹੈ। ਲੇਕਿਨ ਤਿਤਲੀ ਜ਼ਿੰਦਾ ਹੈ ਕਿ ਮਰੀ ਹੋਈ ਹੈ ਇਹ ਪਾਠਕ ਨੂੰ ਨਹੀਂ ਪਤਾ ਲੱਗਦਾ। ਪਾਠਕ ਨੂੰ ਮਰੀ ਹੋਈ ਤਿਤਲੀ ਵੀ ਜ਼ਿੰਦਾ ਦਿਸਦੀ ਹੈ, ਕਿਉਂਕਿ ਉਹ ਜਾਦੂ ਨੂੰ ਦੇਖਦਾ ਹੈ, ਜਾਦੂਗਰ ਨੂੰ ਨਹੀਂ। ਕਿਹਾ ਜਾਂਦਾ ਹੈ ਕਿ ਇਹ ਲੂਈਸ ਹਾਈਟ ਦਾ ਇੱਕ ਥੀਸਿਸ ਹੈ ਦ ਗਿਫਟ ਵਿੱਚ, ਮਾਰਸ਼ਲ ਮੌਸ ਦੇ ਹਵਾਲੇ ਨਾਲ। ਕਿਹਾ ਜਾਂਦਾ ਹੈ ਕਿ ਸਿਰਜਣਾ ਇੱਕ ਗਿਫਟ ਹੈ, ਗਿਫਟ ਹੁੰਦਾ ਜਿਹੜਾ ਦਿੱਤਾ ਜਾਂਦਾ ਹੈ, ਅਸੀਂ ਲੈ ਲੈਂਦੇ ਹਾਂ। ਇਸ ਲਈ ਗਿਫਟ ਦੇਣਾ ਵੀ ਜ਼ਰੂਰੀ ਹੈ। ਗਿਫਟ ਉਦੋਂ ਤੱਕ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਉਸਨੂੰ ਅੱਗੇ ਦੇਣਾ ਦਿੱਤਾ ਜਾਵੇ। ਇਸ ਲਈ ਸਿਰਜਣਾ ਜਿੱਥੋਂ ਇੱਕ ਪਾਸੇ ਲਈ ਜਾਂਦੀ ਹੈ, ਕਮਾਈ ਨਹੀਂ ਜਾਂਦੀ, ਉਹ ਨਹੀਂ ਕੀਤੀ ਜਾਂਦੀ, ਅਸੀਂ ਉਹਦੇ ਕਦੀ ਮਾਲਕ ਨਹੀਂ ਬਣਦੇ, ਅਸੀਂ ਉਸ ਦੇ ਨਾਲ ਸਫ਼ਰ ਕਰਦੇ ਹਾਂ ਅਤੇ ਉਸਨੂੰ ਅੱਗੇ ਦੇ ਦਿੰਦੇ ਹਾਂ। ਜੇ ਅਸੀਂ ਗਿਫਟ ਨੂੰ ਅੱਗੇ ਨਹੀਂ ਦਿੰਦੇ ਤਾਂ ਉਹ ਸਿਰਜਣਾ ਸੰਪੂਰਨ ਨਹੀਂ ਹੁੰਦੀ। ਲੇਕਿਨ ਕੀ ਸਿਰਜਣਾਤਮਕ ਲੇਖਨ ਸਿਖਾਇਆ ਜਾ ਸਕਦਾ ਹੈ? ਕਿਉਂਕਿ ਅਗਰ ਉਹ ਗਿਫਟ ਹੈ ਤਾਂ ਫਿਰ ਪੜ੍ਹਾਉਣ ਦਾ ਫਾਇਦਾ ਕੀ ਹੈ? ਫਿਰ ਪੜ੍ਹਾਇਆ ਨਹੀਂ ਜਾ ਸਕਦਾ। ਗਿਫਟ ਇੱਕ ਬੀਜ ਦੇ ਰੂਪ ਵਿੱਚ ਸ਼ਾਇਦ ਹੁੰਦਾ ਹੈ, ਲੇਕਿਨ ਉਸਨੂੰ ਕਲਟੀਵੇਟ ਕਰਨਾ, ਉਸਨੂੰ ਨਰਚਰ ਕਰਨਾ, ਉਸਨੂੰ ਪਾਲਣਾ, ਉਸਦਾ ਪਾਲਣ ਪੋਸ਼ਣ ਕਰਨਾ, ਇਹ ਕਲਾਕਾਰ ਦਾ, ਲੇਖਕ ਦਾ ਕੰਮ ਹੈ, ਇਹ ਉਸਦੀ ਸਾਧਨਾ ਹੈ। ਔਰ ਉਸ ਸਾਧਨਾ ਦੇ ਅਸੀਂ ਗੱਲ ਕਰਾਂਗੇ ਪਤੰਜਲੀ ਦੇ ਹਵਾਲੇ ਨਾਲ, ਤਿੰਨ ਪੱਖ ਹੈ। ਇਹ ਪਤੰਜਲੀ ਦੀ ਯੋਗ ਦੀ ਸਾਧਨਾ ਹੈ ਜਿਹੜੀ ਕਿ ਕਲਾਕਾਰ ਦੀ ਵੀ ਸਾਧਨਾ ਹੈ। ਇਹਦੇ 'ਚ ਤਿੰਨੋਂ ਚੀਜ਼ਾਂ ਆਪਸ ਦੇ ਵਿੱਚ ਮਿਲਦੀਆਂ ਨੇ, ਲੇਕਿਨ ਫਿਰ ਵੀ ਉਹਨਾਂ ਨੂੰ ਮਿਲ ਕੇ ਹੀ ਇਹ ਵੀ ਤਿਕੜੀ ਚੱਲਦੀ ਹੈ ਅਤੇ ਇਹ ਵੀ ਚੱਕਰ ਬਣਦਾ ਹੈ। ਸਭ ਤੋਂ ਪਹਿਲੇ ਇਸ ਦੇ ਵਿੱਚ ਹੈ ਅਭਿਆਸ।
बिना अभ्यास के सिरजना नहीं होंगी। इसलिए वह गिफ्ट प्रकट उदों होंदा है जदों साधना होंदी है, तो जदों साधना किसी राह पैंदी है तो संपूर्णता वल चलती है। साधना अभ्यास वर्गी साधना या साधना वर्गा अभ्यास ता ही संभव है जे साडे अंदर श्रद्धा होवे, फेथ होवे, फेडलिटी होवे, एक वफादारी होवे अपने सुपने दे प्रति, अपने काम दे प्रति। और फेथ उस तरह की वफादारी है जिहड़ी अदिख विच वफादारी हुंदी। सिरजना की वफादारी एक ऐसे अदिख प्रति वफादारी है जिहड़ा अजे संभावनावां तो भी परे पिया होया है, लेकिन फिर भी लेखक कलाकार वो काम करता है। तो तीसरी चीज़ है वैराग। अभ्यास उदों तक कला का रूप नहीं लै सकता जदों तक साधक वैरागी नहीं हुंदा। वैरागी हुए बगैर अपने किए हुए काम दियाँ गलतियाँ, उस दियाँ कमियाँ, उस दियाँ त्रुटियाँ नज़र नहीं आउंदियाँ। खूबसूरत गल यह है कि वैराग लैके ही अभ्यास करना है, वैराग लैके ही श्रद्धा रखनी है, और तिन्हां दा आपस दे विच कोई रिश्ता ना लगदे हुए हुए भी रिश्ता होना ये पतंजलि के मुताबक किसी भी साधना लई जरूरी है। कुछ पतंजलि वर्गी गल कवित्री लुईस ग्लिप करती है जदों वह कहती है कि लेखन का अभ्यास लेखक दे विच एक्सटेटिक डिटैचमेंट पैदा करता है, जिसनों पंजाबी शायद विस्मादी वैराग किया जा सकता है। उस दे विच आनंद की परम आनंद वर्गी अवस्था भी है, लेकिन वैराग भी है, क्योंकि उस तो बगैर साधना की नहीं जा सकती, उस तो बगैर वफादारी निभाई नहीं जा सकती। हुण गल है कि सिरजना का बाकी खेतरां तो वखरा की है। मूल वखरा यह है कि एक पासे है रैलम ऑफ नैसैसिटी, लोड़ दा, जरूरत दा रैलम है, पर कला दा, सिरजन दा रैलम आज़ादी दा, सुतंत्र दा रैलम है। तंत्र दे विच परमात्मा दी कल्पना सुतंत्रता दे तौर ते कीती है। रब रब इस करके है क्योंकि सुतंत्र है, वो दुनिया इस करके रचता है क्योंकि सुतंत्रता दे विच उहदी मौज है, कोई मजबूरी नहीं है। कलाकार इसलिए कला रचता है, लेखक इसलिए कलात्मक लेखन लिखता है क्योंकि वह सुतंत्र है। और जिस दिन वह सुतंत्रता के सौदे कर लैंदा है तो वह सिरजना तबाह होना शुरू हो जाती है। सिरजना है कि बहुत औखा सवाल है, लेकिन मैं शॉर्टकट लवांगा लुईस हाइट की एक किताब के हवाले नाल। उस दी दो किताबों का मैं हवाला लै रहा, द गिफ्ट ते दूसरी है ट्रिक्स्टर। संबंधां दी तरतीब अते जुगत दा नवा बोध अते संरचना दा नवी कला प्रतिखण ये सिरजना है। इट्स अ न्यू परसेप्शन ऑफ रिलेशनशिप्स, ऑफ न्यू ऑर्डर्स ऑफ रिलेशनशिप्स, ऑफ न्यू स्ट्रक्चर्स ऑफ रिलेशनशिप्स। जदों असी संरचनावां देखते हैं, संबंध नवे तौर पर देखते हैं, तो यह भी जरूरी है कि स्वय का भी एक नवा बोध होवे। बिना स्वय की सिरजना दे कला की सिरजना संभव नहीं, और बिना कला की सिरजना दे स्वय की सिरजना संभव नहीं, क्योंकि दोनों एक दूजे दे विच निहित है। पुराने हिंदुस्तान दे विच एक फिलोसफी का नाम सी दृष्टि सृष्टिवाद। दृष्टि सृष्टिवाद दे विच दृष्टि सृष्टि का निर्माण करती है, लेकिन इसका मतलब यह भी है कि सृष्टि ही दृष्टि का निर्माण करती है। बार बार ये कर लिया गया कि सबजैक्टिव लिटरेचर है कि ऑबजैक्टिव विजन है, गलत गल है। सबजैक्टिव तो ऑबजैक्टिव नू निखेड़ना असंभव है। इसलिए जितों मैं गल शुरू की कि भाषा सिरजना तो स्वय, जो तुम सिरजना करोगे तो स्वय की सिरजना नाल होएगी, स्वय की सिरजना करोगे तो कला की सिरजना होएगी ही होएगी। यह नहीं हो सकता कि तुसी वो रह जाओ तो सिरजना नवी हो जाए। इसलिए सिरजना का साधक अपने आप को दोहरांदा नहीं, क्यों? क्योंकि वो जिसनों डेविड बॉम कहता है रिएक्टिव थॉट,
प्रतिक्रियात्मक विचार तो मुक्त हो जाता है, उसका रिफ्लेक्टिव थॉट है, वो जो सोचता है उसके प्रति वो फिर आलोचनात्मक होकर सोचता है, क्योंकि उसने जी के उसने देखा है। और इस स्वै दे ते सृजन दे बोध विच दो चीज़ां इकट्ठियां, ईरोस और लोगोस। ईरोस प्लेटो ने कहा सी कि सारे सृजन दे विच, दुनिया दे सृजन दे विच भी ईरोस मूल तौर पर मौजूद है, क्योंकि ईरोस वो ताकत है जिहड़ी जोड़दी है, संबंध बनाती है, एक करती है, खिच पैदा करती है। लोगोस जो निखेड़ती है, वक् वक् करती है, आर्टिकुलेशन देती है, हिस्से बनाती है, डिफरेंशिएट करती है। सृजना दे विच ये दोनों चीज़ां बराबर चलदियां, निखेड़ना जरूरी है, जोड़ना भी जरूरी है, नवे निखेड़ नवे जोड़ बनाते हैं। इस तरह नवा मिलना नवे निखेड़ बनाता है। तो ईरोस ते लोगोस की सेपरेशन सृजना च नहीं होती। दिलीप ने कला के सुपने की गल की कि कला एक सुपना दिखती है, और सुपना की है? द ड्रीम ऑफ आर्ट शी सेज इज नॉट टू असर्ट वट इज ऑलरेडी नोन बट टू इल्यूमीनेट वट हैज़ बिन हिडन। जो लुकया होया सी उसनु रोशन करना, ये कला का सुपना है। लुके हुए का मतलब कोई मैटाफिजिकली लुकया होया नहीं है, लुके हुए का मतलब जो संभावना है जो अजे बनिया नहीं उसनु मैनीफेस्टेशन देना, उसनु प्रगटाव देना, उसनु रूप देना, उसनु आकार देना, उसनु धुनि देना। विलियम कार्लस विलियम्स, अमेरिकन कवि एसेस्ट, वो एक पैराडॉक्स दे विच कला की सृजना बयान करता है। ए वर्क ऑफ आर्ट ही सेज इज द एविडेंस इन इट्स स्ट्रक्चर, स्ट्रक्चर इज द सेट ऑफ रिलेशनशिप्स। अ वर्क ऑफ आर्ट इज द एविडेंस इन इट्स स्ट्रक्चर ऑफ ए न्यू वर्ल्ड विच इट हैज़ बीन क्रिएटेड टू अफर्म। कलाकिर्त एक नवी दुनिया की गवाही भरती है, जिस दुनिया नू वो कलाकिर्त बनाती भी है। आम तौर पर समझते हैं कि गवाही बाद विच भरी जाती, पहले चीज़ हो जाती है या हो रही होंगी है। इत्थे गवाही भरना ते सिरजना बराबर चलते हैं। इस दे विच फिर एक बारी एक ट्रायडिक स्ट्रक्चर, एक त्रिकोणी ढांचा काम करता है। जदों भी सिरजना होंदी है तां एक पासे तां हुंदा है ऑबजेक्ट, जो तुसीं कर रहे हो, जो तुसीं समझ रहे हो, जो तुसीं सिरजण दी कोशिश कर रहे हो। दूसरा हुंदा है मैथड, उसनू सिरजण दा टंग की है, ये दूसरा पद्धर है। तीसरा है कि मैं कौन हाँ जिहड़ा सिरजना दा उपराला कर रहा। तिन्नां दा बराबर जदों चलना शुरू हो जाता है, पहली स्टेज पर तुसी किसी चीज़ वाल ध्यान करते हो, चिड़ी बनानी है, दूजी तो तुम समझते हो कि चिड़ी बनती किदा है, तीसरी तो मैं बनाने वाला कौन हाँ। जो तिन्नां दा सुमेल हो जाता है तो यह तिकोण जो चक्कर बनता है तो सहज सृजन संभव होता है। हुण असीं गल करते हैं भाषा की। तम पद दे विच बहुत चमत्कारी गल कही गई। अचानक एक श्लोक आता जिस दे विच कहा जाता है कि जिस व्यक्ति नूं शब्दां दे इस्तेमाल दा, उन्हां दे उद्भव दा, उन्हां दे आपसी संबंधां दा, किहड़ा शब्द अगे ते किहड़ा पिछे आना है, उन्हां दी व्यवस्था दा ज्ञान हुंदा है, वह महाज्ञानी ते महापुरुष हुंदा है, और वह दोबारा जन्म नहीं लैंदा। पाणिनी व्याकरण की परिभाषा करते हैं तो कहते हैं कि व्याकरण शब्दों का संस्कार है, तो शब्दों की रचना है, नियमों का पालन नहीं। नियम सिरजना लई बनाए जाते हैं, सिरजना रोकने लिए नहीं बनाए जाते, जिस तरह स्कूलों के कॉलेजों बना दिते जाते कि ग्रामर के पिछे पिछे चलो, अगे अगे ना चली हो कभी। पतंजलि गल करते हैं कि भाषा की थां कड़ी है, भाषा होंगी कितने, वो कहते भाषा इको वेले तीन थां ते होंदी है, शब्द के रूप में, कंठ विच, सिर विच और हिरदे विच।
ਤੁਸੀਂ ਮਹਿਸੂਸ ਕਰੋਗੇ ਜਦੋਂ ਤੁਸੀਂ ਕੋਈ ਚੰਗਾ ਪੜ੍ਹਦੇ ਹੋ ਜਾਂ ਚੰਗਾ ਬੋਲਦੇ ਹੋ ਜਾਂ ਚੰਗਾ ਸੁਣਦੇ ਹੋ ਤਾਂ ਉਹ ਇੱਕੋ ਵਾਰੀ ਤਿੰਨੋਂ ਥਾਵਾਂ ਤੋਂ ਚੱਲਦਾ ਹੈ। ਕੰਠ ਵੀ ਹੁੰਦਾ ਹੈ ਉਹਦੇ ਵਿੱਚ, ਹਿਰਦਾ ਵੀ ਹੁੰਦਾ ਹੈ ਅਤੇ ਸਿਰ ਵੀ ਹੁੰਦਾ ਹੈ। ਇੰਟਲੈਕਟ ਐਂਡ ਦ ਡੀਪੈਸਟ ਕੋਰ ਆਫ ਯੋਰ ਬੀਇੰਗ ਐਂਡ ਦ ਮੈਟੀਰੀਅਲ ਐਕਸਪ੍ਰੈਸ਼ਨ ਥਰੂ ਦ ਸੈਂਸ ਆਫ ਸਪੀਚ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿੰਦਾ ਹੁੰਦਾ ਕਿ ਭਾਰਤੀ ਸ਼ਾਸਤਰ ਦੇ ਵਿੱਚ ਇੰਦਰੀ ਰੋਸ਼ਨ ਹੁੰਦੀ, ਇੰਦਰੀ ਦਾ ਮਤਲਬ ਹੀ ਇਹ ਜੋ ਰੋਸ਼ਨੀ ਦਿੰਦੀ, ਜੋ ਹਨੇਰਾ ਦਿੰਦੀ ਉਹ ਨਹੀਂ। ਸਿਰਫ ਉਹਨੂੰ ਖੋਲ੍ਹਣ ਦੀ ਲੋੜ ਹੈ, ਥੋੜ੍ਹੀ ਨਾਲੀਆਂ ਸਾਫ਼ ਕਰਨੀਆਂ ਪੈਂਦੀਆਂ, ਫਿਰ ਰੋਸ਼ਨੀ ਹੋ ਜਾਂਦੀ। ਭਾਸ਼ਾ ਦੇ ਬਾਰੇ ਇੱਕ ਗਲਤ ਫਹਿਮੀ ਹੈ ਕਿ ਭਾਸ਼ਾ ਸਾਇੰਸ ਦਾ ਇੱਕ ਫਿਕਸਡ ਸਿਸਟਮ ਹੈ। ਗਲਤ ਗੱਲ। ਅਗਰ ਤੁਸੀਂ ਕਾਵਿ ਸ਼ਾਸਤਰ ਪੜ੍ਹੋ ਤਾਂ ਉਸਦੇ ਵਿੱਚ ਭਾਸ਼ਾ ਫਲੂਇਡ ਸਾਇੰਸ ਦਾ ਸਿਸਟਮ ਹੈ। ਸਾਇੰਸ ਜਿਹਨਾਂ ਦੀ ਬਾਉਂਡਰੀਜ਼ ਲਗਾਤਾਰ ਪਿਘਲਦੀਆਂ, ਦੂਜਿਆਂ 'ਚ ਮਿਲਦੀਆਂ, ਨਵੀਆਂ ਬਣਦੀਆਂ, ਟੁੱਟਦੀਆਂ। ਦੂਸਰੇ, ਇਹ ਸਾਇਨ ਕਿਸੇ ਵੀ ਤਰ੍ਹਾਂ ਐਡਜਸਟ ਕੀਤੇ ਜਾ ਸਕਦੇ। ਕੋਈ ਪੱਕਾ ਨਿਯਮ ਨਹੀਂ ਹੁੰਦਾ ਕਿ ਕਿਸ ਸਾਇਨ ਦੇ ਨਾਲ ਕਿਹੜਾ ਸਾਇਨ ਕਿੱਦਾਂ ਆਏਗਾ। ਉੱਥੋਂ ਭਾਸ਼ਾ ਦੀ ਪੁਨਰ ਸਿਰਜਣਾ ਲਗਾਤਾਰ ਹੁੰਦੀ। ਨੈਵੋਕੋਵ ਨੇ ਇੱਕ ਸੌਖਾ ਜਿਹਾ ਤਰੀਕਾ ਦਿੱਤਾ ਸੀ ਲੇਖਕਾਂ ਨੂੰ ਲਿਖਣ ਦਾ। ਉਹ ਕਹਿੰਦਾ ਹੈ ਕਿ ਸ਼ਬਦਾਂ ਦੀ ਵਿਵਸਥਾ ਨੂੰ ਅੱਗੇ ਪਿੱਛੇ ਕਰਨਾ, ਟੂ ਡਿਸਅਸੈਂਬਲ ਏ ਸੈਂਟੈਂਸ ਐਂਡ ਟੂ ਰੀਅਸੈਂਬਲ ਇਟ ਅਫਰੈਸ਼, ਦੈਟ ਹੀ ਸੇਜ਼ ਇਜ਼ ਦ ਕ੍ਰੀਏਟਿਵਿਟੀ ਆਫ ਰਾਈਟਿੰਗ। ਇਟਸ ਵੈਰੀ ਸਿੰਪਲ ਫਾਰਮੂਲਾ ਐਂਡ ਦਿਸ ਹੀ ਸੇਜ਼ ਇਜ਼ ਦ ਬਿਗਿਨਿੰਗ ਆਫ ਰਾਈਟਿੰਗ। ਹਾਈਡੇਗਰ ਕਹਿੰਦਾ ਹੈ ਕਿ ਭਾਸ਼ਾ ਹਾਊਸ ਆਫ ਬੀਇੰਗ ਹੈ। ਸਾਡਾ ਹੋਣਾ ਕਿੱਥੇ ਹੁੰਦਾ ਹੈ? ਭਾਸ਼ਾ 'ਚ ਹੁੰਦਾ ਹੈ। ਹੁਣ ਹਾਊਸ ਆਫ ਬੀਇੰਗ ਕਿਵੇਂ ਹੋ ਸਕਦੀ? ਇੱਕ ਪਾਸੇ ਉਹ ਸ਼ੈਲ ਵੀ ਤਾਂ ਹੁੰਦਾ ਜਿਹੜਾ ਕੀੜਾ ਲੈ ਕੇ ਚੱਲਦਾ ਹੈ, ਜਿਹੜਾ ਕਿ ਉਹਦੇ ਲਈ ਬੋਝ ਵੀ ਹੈ ਅਤੇ ਉਹਦੀ ਪ੍ਰੋਟੈਕਸ਼ਨ ਵੀ ਹੈ, ਘਰ ਤੁਹਾਡੀ ਜੇਲ੍ਹ ਵੀ ਹੋ ਸਕਦਾ ਹੈ, ਘਰ ਨਾਲ ਇੰਨਾ ਮੋਹ ਵੀ ਹੋ ਸਕਦਾ ਹੈ ਕਿ ਤੁਸੀਂ ਹੋਰ ਕੁਛ ਦੇਖੋ ਹੀ ਨਾ। ਉਹ ਕਿਸ ਤਰ੍ਹਾਂ ਦਾ ਘਰ ਹੈ? ਅਸੀਂ ਇਸ ਉਪਮਹਾਂਦੀਪ ਦੇ ਵਿੱਚ ਉਸਨੂੰ ਪ੍ਰਾਸਾਦ ਕਹਿੰਦੇ ਰਹੇ ਹਾਂ। ਪ੍ਰਾਸਾਦ ਮੰਦਿਰ ਦੀ ਥਾਂ ਨੂੰ ਵੀ ਕਹਿੰਦੇ ਹੈ, ਪਰ ਪ੍ਰਸਾਦ ਦਾ ਮਤਲਬ ਹੁੰਦਾ ਹੈ ਉਸ ਥਾਂ ਜਿਹੜਾ ਕਿ ਇੱਕ ਸਟਰਕਚਰ ਹੈ ਲੇਕਿਨ ਉਹ ਓਪਨ ਹੈ। ਅਗੈਂਬਨ ਨੇ ਰਿਲਕੇ ਤੋਂ ਇੰਸਪਾਇਰ ਹੋ ਕੇ ਓਪਨ ਵਰਡ ਨੂੰ ਯੂਜ਼ ਕੀਤਾ ਹੈ। ਦੀ ਓਪਨ ਦਾ ਮਤਲਬ ਹੈ ਕਿ ਜਿਹੜਾ ਕਿਸੇ ਵੀ ਦਾਇਰੇ 'ਚ ਕੈਦ ਨਹੀਂ ਹੁੰਦਾ। ਇਹ ਕਮਾਲ ਦਾ ਆਰਕੀਟੈਕਚਰ ਹੈ ਕਿ ਉੱਥੇ ਬੈਠ ਕੇ ਤੁਹਾਨੂੰ ਰੋਸ਼ਨੀ ਦਾ ਅਹਿਸਾਸ ਹੁੰਦਾ ਹੈ, ਹਲਕੇਪਨ ਦਾ ਅਹਿਸਾਸ ਹੁੰਦਾ ਹੈ, ਖੁੱਲ੍ਹੇਪਨ ਦਾ ਅਹਿਸਾਸ ਹੁੰਦਾ ਹੈ, ਆਜ਼ਾਦੀ ਮਹਿਸੂਸ ਹੁੰਦੀ ਹੈ। ਤੁਸੀਂ ਬੰਨੇ ਹੋਏ ਮਹਿਸੂਸ ਨਹੀਂ ਹੁੰਦੇ, ਲੇਕਿਨ ਹੁੰਦੀ ਇੱਕ ਇਮਾਰਤ ਦੇ ਵਿੱਚ ਹੈ। ਉਹ ਇਮਾਰਤ ਹੈ ਭਾਸ਼ਾ ਦੀ ਇਮਾਰਤ, ਉਹ ਹੈ ਲੈਂਗੁਏਜ ਐਜ ਦਾ ਹਾਊਸ ਆਫ ਬੀਇੰਗ। ਦੋ ਪੱਖ ਹੈ ਉਸ ਹਾਊਸ ਆਫ ਬੀਇੰਗ ਨੂੰ ਸਿਰਜਣ ਦੇ। ਦਸਵੀਂ ਗਿਆਰਵੀਂ ਸ਼ਤਾਬਦੀ ਦੇ ਕਵੀ ਅਤੇ ਆਲੋਚਕ ਅਤੇ ਚਿੰਤਕ ਰਾਜਸ਼ੇਖਰ ਕਹਿੰਦੇ ਆ ਕਿ ਕਾਵਕ ਪੱਧਰ 'ਤੇ, ਕਾਵਕ ਤੋਂ ਦਾ ਮਤਲਬ ਹੈ ਕਿ ਸ਼ਬਦਾਂ ਦੇ ਅਤੇ ਪਦਾਂ ਦੇ ਅਤੇ ਵਾਕਾਂ ਦੇ ਪੱਧਰ 'ਤੇ ਸਿਰਜਣਾ ਵਿਰਚਨਾ ਕਹਿਲਾਉਂਦੀ ਹੈ। ਲੇਕਿਨ ਚਿੰਤਾਮਣੀ ਕਵੀ, ਸਭ ਤੋਂ ਵੱਡਾ ਕਵੀ ਕੌਣ ਹੁੰਦਾ ਹੈ? ਜੋ ਨਵੇਂ ਅਰਥ ਵੀ ਸਿਰਜਦਾ ਹੈ। ਉਹਨਾਂ ਅਰਥਾਂ ਨੂੰ ਉਹਨਾਂ ਨੇ ਅਯੋਨੀ ਅਰਥ ਕਿਹਾ ਹੈ, ਜਿਨ੍ਹਾਂ ਦੀ ਕੋਈ ਯੋਨੀ ਨਹੀਂ ਹੁੰਦੀ, ਜਿਹੜੇ ਜੰਮਦੇ ਨਹੀਂ ਸਿਰਜੇ ਜਾਂਦੇ, ਜਿਹਨਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ, ਉਹ ਚਿੰਤਾਮਣੀ ਕਵੀ। ਇਸ ਲਈ ਲੇਖਕ ਦੇ ਕਵੀ ਦੇ ਸਿੱਧ ਹੋਣ ਦੀ ਇੱਕੋ ਇੱਕ ਪਹਿਚਾਣ ਹੈ, ਉਹ ਕਹਿੰਦੇ ਸ਼ਬਦ ਪਾਕ ਔਰ ਵਾਕ ਪਾਕ। ਸ਼ਬਦਾਂ ਨੂੰ ਪਕਾ ਲੈਣਾ ਅਤੇ ਵਾਕਾਂ ਨੂੰ ਪਕਾ ਲੈਣਾ। ਕਿਉਂ? ਕਿਉਂਕਿ ਵਰਡਸ ਆਰ ਦਾ ਬਲੋਕਸ ਆਫ ਅਵਰ ਰਿਐਲਿਟੀ। ਸਾਡੀ ਅਸਲੀਅਤ ਦੇ ਬਲੋਕਸ ਸ਼ਬਦ ਹੈ। ਅਸੀਂ ਉਹਨਾਂ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਲੈਂਦੇ, ਬਲੋਕਸ ਨੂੰ ਅੱਗੇ ਪਿੱਛੇ ਕਰ ਲੈਣ, ਦੁਨੀਆ ਬਦਲ ਜਾਂਦੀ। ਕਦੀ ਉਹਦਾ ਮੋਟਰਸਾਈਕਲ ਬਣ ਜਾਂਦਾ ਤਾਂ ਕਦੀ ਉਹਦੀ ਕਾਰ ਬਣ ਜਾਂਦੀ, ਕਦੀ ਉਹਦਾ ਹਾਥੀ ਬਣ ਜਾਂਦਾ। ਇਹ ਸਿਰਜਣਾ ਦੀ ਖੇਲ ਹੈ। ਸੋ ਕਲਾਕਾਰ ਕੀ ਕਰਦਾ ਹੈ? ਲੇਖਕ ਕੀ ਕਰਦਾ? ਲੇਖਕ ਨੂੰ ਅਰਸਤੂ ਨੇ ਕਿਹਾ ਕਿ ਉਹ ਰੱਬ ਹੈ। ਕਿਉਂ? ਉਹ ਉਹੀ ਕੰਮ ਕਰਦਾ ਜੋ ਰੱਬ ਨੇ ਕੀਤਾ ਸੀ, ਜਾਂ ਜੋ ਰੱਬ ਕਰਦਾ ਹੈ। ਰੱਬ ਨਵਾਂ ਬਣਾਉਂਦਾ ਹੈ, ਸਿਰਜਣਾ ਨਵਾਂ ਬਣਾਉਣਾ ਹੈ। ਨਵਾਂ ਤਾਂ ਹੀ ਬਣਾਇਆ ਜਾ ਸਕਦਾ ਜੇ ਤੁਸੀਂ ਰੱਬ ਹੋ। ਰੱਬ ਹੋਣ ਦਾ ਮਤਲਬ ਹੈ ਕਿ ਫਸਟ ਪ੍ਰਿੰਸੀਪਲਸ ਨੂੰ ਸਮਝਣਾ, ਔਰ ਫਸਟ ਪ੍ਰਿੰਸੀਪਲਸ ਦੇ ਵਿੱਚ ਸਭ ਤੋਂ ਪਹਿਲਾ ਪ੍ਰਿੰਸੀਪਲ ਹੈ ਕਿ ਬਣਾਉਣ ਵਾਲੇ ਦਾ ਆਪਣੇ ਆਪ ਨੂੰ ਸਮਝਣਾ। ਸੋ ਸਿਰਜਣਾ ਵਾਲਾ ਲੇਖਨ ਵਾਲੀ ਕਲਾ ਸ੍ਰਿਸ਼ਟੀ ਵਿੱਚ ਵਿਸਤਾਰ ਕਰਦੀ।
ਤੁਸੀਂ ਦੁਨੀਆ ਨੂੰ ਹੋਰ ਖੋਲ੍ਹਦੇ ਹੋ। ਗਲੀ ਕਿਹਨੂੰ ਕਹਿੰਦੀ ਹੈ ਕਿ ਗ੍ਰੇਟ ਆਰਟ ਐਡਸ ਸਪੇਸ, ਕਮਾਲ ਦੀ ਗੱਲ। ਦੂਸਰੇ ਪਾਸੇ ਓਵਨ ਬਾਨਫੀਲਡ 1920s ਲਿਖਦਾ ਹੈ, ਅਤੇ ਹੈਰਲਡ ਬਲੂਮ ਨੂੰ ਪਿਛਲੇ ਕੁਛ ਸਾਲਾਂ 'ਚ ਯਾਦ ਕਰਦਾ ਹੈ ਮੌਤ ਤੋਂ ਪਹਿਲੇ, ਅਤੇ ਉਹ ਕਹਿੰਦਾ ਹੈ ਕਿ ਮਹਾਨ ਸਾਹਿਤ ਨੂੰ ਪੜ੍ਹਦੇ ਹੋਏ ਤੁਹਾਨੂੰ ਇਹ ਸਾਫ਼ ਮਹਿਸੂਸ ਹੁੰਦਾ ਹੈ ਕਿ ਤੁਹਾਡੀ ਚੇਤਨਾ ਦਾ ਪੱਧਰ ਬਦਲ ਗਿਆ। ਚੇਤਨਾ ਦੇ ਪੱਧਰ ਬਦਲਣ ਦਾ ਮਤਲਬ ਹੈ ਕਿ ਤੁਸੀਂ ਨਵਿਆਏ ਗਏ, ਤੁਹਾਡਾ ਸਵੈ ਬਦਲ ਗਿਆ। ਜਦੋਂ ਸਵੈ ਬਦਲਦਾ ਹੈ ਤਾਂ ਜਿਸ ਸੰਸਾਰ ਦੇ ਵਿੱਚ ਇਹ ਸਵੈ ਹੈ ਉਹ ਸੰਸਾਰ ਦਾ ਬਦਲੇ ਹੋਣਾ ਜ਼ਰੂਰੀ ਹੈ। ਸੋ ਦੋਨੋਂ ਇਕੱਠੇ ਬਦਲਦੇ, ਕਿਉਂ? ਕਿਉਂਕਿ ਦੋਨੋਂ ਅਲੱਗ ਨਹੀਂ ਹੈ। ਦ੍ਰਿਸ਼ਟੀ ਅਤੇ ਸ੍ਰਿਸ਼ਟੀ ਆਰ ਇਨਸੈਪਰੇਬਲ। ਰਿਲਕੇ ਆਰਕੇ ਟੋਰਸ ਆਫ ਅਪੋਲੋ ਬਹੁਤ ਇੰਪੋਰਟੈਂਟ ਕਵਿਤਾ ਹੈ, ਸ਼ੁਰੂ ਕਰਦਾ ਹੈ ਯੂ ਹਿਸੇਸ ਵੀ ਕੈਨੋਟ ਨੋ। ਅਚਾਨਕ ਕਵਿਤਾ ਸ਼ੁਰੂ ਹੁੰਦੀ, ਜਿਸ ਤਰ੍ਹਾਂ ਜਾਂਦੇ ਜਾਂਦੇ ਫੁੱਟ ਪਈ, ਅਸੀਂ ਜਾਣ ਨਹੀਂ ਸਕਦੇ। ਖਤਮ ਹੁੰਦੀ ਹੈ ਤਾਂ ਉਹ ਕਹਿੰਦਾ ਹੈ ਯੂ ਮਸਟ ਚੇਂਜ ਯੂਅਰ ਸੈਲਫ, ਅਚਾਨਕ ਪੋਇਮ ਖਤਮ ਹੋ ਜਾਂਦੀ। ਇਹ ਜਿਹੜਾ ਅਸੀਂ ਤੋਂ ਤੁਸੀਂ ਤੱਕ ਦਾ ਸਫ਼ਰ ਹੈ, ਇਹ ਉਹ ਸਫ਼ਰ ਹੈ ਜਦੋਂ ਸਿਰਜਣਾ ਵਿੱਚ ਮਗਨ ਹੋਇਆ ਕਲਾਕਾਰ ਆਪਣੇ ਆਪ ਨੂੰ ਤੂੰ ਦੀ ਤਰ੍ਹਾਂ ਪਛਾਣਦਾ ਹੈ, ਕਿਉਂਕਿ ਉਹ ਕੋਈ ਹੋਰ ਹੋ ਗਿਆ ਹੈ। ਕਵਿਤਾ ਦੇ ਸ਼ੁਰੂ 'ਚ ਮੈਂ ਸੀ, ਕਵਿਤਾ ਦੇ ਅੰਤ ਵਿੱਚ ਤੂੰ ਹੋ ਗਿਆ, ਮੈਂ ਹੀ ਤੂੰ ਹੋ ਗਿਆ। ਔਰ ਨਾਲ ਹੀ ਇੱਕ ਮੈਂਡੇਟ ਵੀ ਹੈ ਕਿ ਤੈਨੂੰ ਆਪਣੀ ਜ਼ਿੰਦਗੀ ਬਦਲਣੀ ਪਏਗੀ, ਔਡਰ ਹੈ। ਕਲਾ ਸਾਨੂੰ ਰੋਕ ਕੇ ਕਹਿੰਦੀ ਹੈ ਕਿ ਆਪਣੀ ਜ਼ਿੰਦਗੀ ਬਦਲ। ਪੋਇਸਿਸ ਦਾ ਅਰਥ ਬਣਾਉਣਾ ਹੈ, ਟੂ ਮੇਕ ਹੈ। ਔਰ ਉਹ ਮੇਕਿੰਗ ਕੋਈ ਜਾਦੂਗਰੀ ਵਾਲੀ ਐਸੀ ਮੇਕਿੰਗ ਨਹੀਂ ਹੈ ਕਿ ਅਚਾਨਕ ਹੀ ਹੋ ਜਾਂਦਾ ਹੈ। ਉਸ ਕਲਪਨਾ ਦੇ ਵਿੱਚ ਰੱਬ ਵੀ ਇੱਕ ਮਿਸਤਰੀ ਹੈ। ਮਿਮਿਸਿਸ ਉਸ ਤਰ੍ਹਾਂ ਦੀ ਮੇਕਿੰਗ ਹੈ ਜਿਸ ਦੇ ਵਿੱਚ ਤੁਸੀਂ ਆਖਰਕਾਰ ਆਪਣੇ ਆਪ ਨੂੰ, ਸਵੈ ਨੂੰ ਸਿਰਜਣਾ ਹੈ। ਸੋ ਪੋਇਸਿਸ ਇਜ਼ ਨੋਟ ਦ ਮੇਕਿੰਗ ਆਫ ਏ ਪੋਇਮ ਔਰ ਏ ਪੇਂਟਿੰਗ, ਇਟ ਇਜ਼ ਅਸੈਂਸ਼ਲੀ ਦ ਮੇਕਿੰਗ ਆਫ ਦੀ ਸੈਲਫ, ਵਿਦਾਊਟ ਵਿੱਚ ਨੋ ਕ੍ਰੀਏਸ਼ਨ ਇਜ਼ ਪੋਸੀਬਲ। ਕਲਾ ਜੋ ਇਹ ਕਰਦੀ ਹੈ ਕਿ ਤੁਹਾਨੂੰ ਕਹਿੰਦੀ ਹੈ ਕਿ ਆਪਣੇ ਆਪ ਨੂੰ ਬਦਲ, ਤਾਂ ਉਹ ਇੰਟੈਲੀਜੈਂਸ ਨੂੰ ਜਗਾਉਂਦੀ ਹੈ। ਇੰਟੈਲੀਜੈਂਸ ਕੀ? ਇੰਟੈਲੀਜੈਂਸ ਖਾਸ ਤੌਰ 'ਤੇ ਅੱਜ ਦੇ ਜ਼ਮਾਨੇ 'ਚ, ਇਸ ਦੁਨੀਆ ਦੇ ਵਿੱਚ ਸਾਡੀ ਇੱਕੋ ਇੱਕ ਸਾਡਾ ਹਥਿਆਰ ਹੈ ਸੱਚ ਨੂੰ ਬਚਾਉਣ ਦਾ ਅਤੇ ਆਪਣੇ ਆਪ ਨੂੰ ਝੂਠੇ ਸੱਚ ਤੋਂ ਬਚਾਉਣ ਦਾ, ਜਿਸ ਨੂੰ ਅਸੀਂ ਮੈਟਾਫਿਜ਼ੀਕਲ ਟਰੂਥ ਕਹਿੰਦੇ ਹਾਂ, ਜਿਸ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਜਿੱਥੇ ਆਪਾਂ ਸੋਚਦੇ ਬਸ ਉਹੀ ਕੁ ਸੱਚ ਹੈ, ਬਾਕੀ ਸਾਰੇ ਗਲਤ ਹੈ। ਸਿੱਖ ਧਰਮ ਹੀ ਸੱਚ ਹੈ, ਬਾਕੀ ਸਾਰੇ ਝੂਠ ਹੈ। ਹਿੰਦੂਇਜ਼ਮ ਸੱਚ ਹੈ, ਬਾਕੀ ਸਾਰੇ ਝੂਠ ਹੈ। ਮਾਰਕਸਿਜ਼ਮ ਸੱਚ ਹੈ, ਬਾਕੀ ਸਾਰੇ ਝੂਠ ਹੈ। ਰਾਈਟ ਵਿੰਗ ਸੱਚ ਹੈ, ਬਾਕੀ ਸਾਰੇ ਝੂਠ ਹੈ। ਦੀਜ਼ ਆਰ ਮੈਟਾਫਿਜ਼ੀਕਲ ਟਰੂਥਸ। ਜਦੋਂ ਕਲਾ ਨਵੇਂ ਸੰਬੰਧ ਸਿਰਜਦੀ ਹੈ, ਨਵੇਂ ਸੰਬੰਧਾਂ ਦੇ ਪ੍ਰਤੱਖਣ ਦਾ ਤਜਰਬਾ ਦਿੰਦੀ, ਅਨੁਭਵ ਦਿੰਦੀ ਹੈ, ਨਵਾਂ ਬੋਧ ਕਰਾਉਂਦੀ ਹੈ, ਤਾਂ ਇੱਕ ਨਵਾਂ ਦਰਵਾਜ਼ਾ ਖੋਲ੍ਹਦੀ ਹੈ। ਜਿਸ ਤਰ੍ਹਾਂ ਲਿਟਰੇਰੀ ਥਿਊਰੀ ਔਰ ਸਟੱਡੀਜ਼ ਦੇ ਵਿੱਚ ਹੋਇਆ, ਜਦੋਂ ਪੋਲੀਟੀਕਲ ਇੰਟਰਪ੍ਰੀਟੇਸ਼ਨਸ ਆਫ ਲਿਟਰੇਚਰ ਚੱਲੀਆਂ, ਆਈਡੈਂਟੀ ਦੀ ਗੱਲ ਹੋਈ, ਜੈਂਡਰ ਦੀ ਗੱਲ ਹੋਈ, ਰੇਸ ਦੀ ਗੱਲ ਹੋਈ, ਕਾਸਟ ਦੀ ਗੱਲ ਹੋਈ, ਕਲਾਸ ਦੀ ਗੱਲ ਹੋਈ, ਹੋ ਗਈ, ਫਿਰ ਇਹੀ ਗੱਲ ਹੋਣ ਲੱਗ ਪਈ, ਹੋਰ ਗੱਲਾਂ ਹੀ ਮੁੱਕ ਗਈਆਂ। ਕੀ ਹੁੰਦਾ ਹੈ ਕਿ ਜਦੋਂ ਇਹ ਸੰਬੰਧ ਬਦਲਦੇ ਹੈ, ਨਵੀਂ ਰਿਐਲਿਟੀ ਰਚੀ ਜਾਂਦੀ ਹੈ, ਤਾਂ ਫਿਰ ਉਹ ਰਿਐਲਿਟੀ ਕੁਝ ਸਮੇਂ ਬਾਅਦ ਔਰਥੋਡੋਕਸੀ ਬਣ ਜਾਂਦੀ ਹੈ। ਆਈਡੈਂਟੀ ਇੱਕ ਔਰਥੋਡੋਕਸੀ ਬਣਦੀ ਹੈ। ਜਦਕਿ ਸਿਰਜਣਾ ਸਾਨੂੰ ਮੁੜ ਕੇ ਯਾਦ ਕਰਾਉਂਦੀ ਹੈ ਕਿ ਸਿਰਜਣਾ ਸ਼ੁਰੂ ਕਿੱਥੋਂ ਹੁੰਦੀ ਹੈ। ਥੋਮਸ ਕਰਨ ਦਾ ਥੀਸਿਸ ਹੈ ਦ ਸਟਰਕਚਰ ਆਫ ਸਾਇੰਟੀਫਿਕ ਰੈਵੋਲੂਸ਼ਨ ਦੇ ਵਿੱਚ, ਕਿ ਪੈਰਾਡਿਗਮੈਟਿਕ ਸ਼ਿਫਟਸ ਹੁੰਦੀਆਂ ਜਿਹਦੇ ਨਾਲ ਗਿਆਨ ਦੇ ਤਰੀਕੇ ਬਦਲਦੇ ਹੈ। ਬੌਮ ਬਿਲਕੁਲ ਠੀਕ ਕਹਿੰਦਾ ਹੈ ਕਿ ਪੈਰਾਡਿਗਮੈਟਿਕ ਸ਼ਿਫਟ ਸ਼ੁਰੂ ਕਿੱਥੋਂ ਹੁੰਦੀ ਹੈ, ਬੰਦੇ ਦੇ ਅੰਦਰੋਂ ਸ਼ੁਰੂ ਹੁੰਦੀ ਹੈ। ਜਿਹੜਾ ਪਰਿਵਰਤਨ ਹੈ, ਜਿਸ ਨੇ ਸਭ ਕੁਝ ਬਦਲਣਾ ਹੈ, ਉਹ ਆਖਰਕਾਰ ਸਾਡੀ ਸਿੰਗੂਲੈਰਿਟੀ ਦੇ ਸਭ ਤੋਂ ਗਹਿਰੇ ਖੂਹਾਂ ਦੇ ਵਿੱਚੋਂ ਨਿਕਲਦਾ ਹੈ। ਹੌਲੀ ਹੌਲੀ ਉਹ ਇਤਿਹਾਸ ਨੂੰ ਬਦਲਦਾ ਹੈ, ਗਿਆਨ ਦੀਆਂ ਪੱਧਤੀਆਂ ਨੂੰ ਬਦਲਦਾ ਹੈ, ਬਾਰੋ ਬਾਰ ਨਹੀਂ ਕੁਛ ਬਦਲਦਾ। ਔਰ ਜਦੋਂ ਜਦੋਂ ਵੀ ਬਾਹਰੋਂ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤਬਾਹੀ ਹੁੰਦੀ ਹੈ, ਔਰਥੋਡੋਕਸੀਜ਼ ਨਵੀਆਂ ਪੈਦਾ ਹੁੰਦੀਆਂ। ਸੋ ਐਬਸੋਲਿਊਟ ਟਰੂਥਸ ਜਾਂ ਮੈਟਾਫਿਜ਼ੀਕਲ ਟਰੂਥਸ ਨੂੰ ਚੈਲੇਂਜ ਕਰਨ ਦਾ, ਉਹਨਾਂ ਨੂੰ ਢਾਣ ਦਾ ਇੱਕੋ ਹੀ ਤਰੀਕਾ ਹੈ ਕਿ ਆਪਣੀ ਇੰਟੈਲੀਜੈਂਸ ਨੂੰ ਜਗਾਈਏ, ਔਰ ਜਗਾਉਣ ਦੇ ਲਈ ਜ਼ਰੂਰੀ ਹੈ ਕਿ ਸਿਰਜਣਾ ਕਰੀਏ ਅਤੇ ਸਿਰਜਣਾ ਦੇ ਨਾਲ ਵਾਰ ਵਾਰ ਮੱਥਾ ਲਾਈਏ। ਕਿਉਂ? ਕਿਉਂਕਿ ਇੰਟੈਲੀਜੈਂਸ ਦਾ ਮਤਲਬ ਹੀ ਇਹ ਹੈ ਕਿ ਹਰ ਤਰ੍ਹਾਂ ਦੇ ਕਲੋਜ਼ਰ ਨੂੰ ਤੋੜ ਕੇ ਦਰਵਾਜ਼ੇ ਬਣਾਉਣਾ, ਰਸਤੇ ਕੱਢਣਾ, ਤਾਂ ਕਿ ਰੋਸ਼ਨੀ ਆਏ, ਤਾਂ ਕਿ ਖੁੱਲ੍ਹੀਆਂ ਇਮਾਰਤਾਂ ਬਣਨ, ਮੰਦਰਾਂ ਵਰਗੀਆਂ ਜਿਹਦੇ ਵਿੱਚ ਕੋਈ ਦਰਵਾਜ਼ੇ ਨਹੀਂ। ਕਿਸੇ ਵੇਲੇ ਸ਼ਿਵਾਲੇ ਦੇ ਦਰਵਾਜ਼ੇ ਨਹੀਂ ਸੀ ਹੁੰਦੇ,
ਲੋਕਾਂ ਨੇ ਉੱਚੇ ਉੱਚੇ ਦਰਵਾਜ਼ੇ ਵੱਡੇ ਵੱਡੇ ਕੁੰਡੇ ਲਾਉਣੇ ਸ਼ੁਰੂ ਕਰਤੇ, ਕਿਉਂਕਿ ਉੱਥੇ ਸੀ ਵੀ ਕਿਸੇ ਵੀ ਜਾਤ ਦਾ ਧਰਮ ਦਾ ਬੰਦਾ ਕਿਸੇ ਵੇਲੇ ਜਦੋਂ ਮਰਜ਼ੀ ਆ ਜਾਏ ਰੱਬ ਕੋਲ ਆਉਣ ਲਈ ਤੁਹਾਨੂੰ ਅਪੁਆਇੰਟਮੈਂਟ ਲੈਣ ਦੀ ਲੋੜ ਨਹੀਂ ਹੁੰਦੀ। ਲੇਕਿਨ ਹੌਲੀ ਹੌਲੀ ਲੋਕਾਂ ਨੇ ਗੇਟ ਕੀਪਰ ਵੀ ਬਿਠਾ ਦਿੱਤੇ। ਸੋ ਹੁਣ ਆਖਰੀ ਗੱਲ 'ਤੇ ਆਈਏ, ਸਿਰਜਣਾ ਦਾ ਫੰਕਸ਼ਨ ਕੀ ਹੈ, ਕੀ ਲੋੜ ਹੈ, ਕੀ ਇਹ ਸਿਰਫ ਸ਼ੌਕ ਹੈ? ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਦੋ ਹੀ ਗੱਲਾਂ ਹੈ, ਜਾਂ ਤਾਂ ਦੁਨੀਆ ਨੂੰ ਬਦਲਣ ਲਈ ਸਿਰਜਣਾ ਕੀਤੀ ਜਾਂਦੀ ਹੈ ਜਾਂ ਆਪਣੇ ਸ਼ੌਕ ਦੀ ਕੀਤੀ ਜਾਂਦੀ ਹੈ। ਦੋਨੋਂ ਹੀ ਗੱਲਾਂ ਸੀਮਿਤ ਹੈ ਔਰ ਗਲਤ ਹੈ। ਸਿਰਜਣਾ ਦਾ ਫੰਕਸ਼ਨ, ਇਰਾਦਾ ਕੁਛ ਵੀ ਹੋਵੇ, ਸੱਭਿਆਚਾਰ ਦੀ ਪੁਨਰ ਸੁਰਜੀਤੀ ਅਤੇ ਨਵ ਸੁਰਜੀਤੀ ਹੈ। ਇਟ ਇਜ਼ ਅ ਰੀਜਨਰੇਸ਼ਨ, ਬਟ ਰੀਜਨਰੇਸ਼ਨ ਦੈਟ ਇਜ਼ ਅ ਨਿਊ ਜਨਰੇਸ਼ਨ ਆਲਸੋ ਆਫ ਕਲਚਰ, ਕਿਉਂਕਿ ਕੋਈ ਵੀ ਸੱਭਿਆਚਾਰ ਵਕਤ ਦੇ ਨਾਲ ਨਾਲ ਸੜਨ ਗਲਣ ਲੱਗ ਪੈਂਦਾ ਹੈ। ਸਿਰਜਣਾ ਇਸ ਲਈ ਕਿੱਥੋਂ ਸ਼ੁਰੂ ਹੁੰਦੀ ਹੈ? ਐਕਸੈਂਟ੍ਰਿਕਸ ਤੋਂ ਸ਼ੁਰੂ ਹੁੰਦੀ ਹੈ, ਔਡ ਬਾਲਸ ਤੋਂ ਸ਼ੁਰੂ ਹੁੰਦੀ ਹੈ। ਸੋ ਜਿਹੜਾ ਇਹ ਮੈਟਾਫਰ ਹੈ ਟ੍ਰਿਕਸਟਰ ਦਾ, ਇਹ ਉਹ ਮੈਟਾਫਰ ਹੈ ਜਿਹਦੇ ਲਈ ਕ੍ਰਿਸ਼ਨ ਦਾ ਨਾਮ ਲਿਆ ਜਾਂਦਾ ਹੈ, ਹੈਮਲੈਟ ਦਾ ਨਾਮ ਲਿਆ ਜਾਂਦਾ ਹੈ। ਨੇਟਿਵ ਅਮੈਰੀਕਨ ਬਲੈਕਫੁੱਟ ਮੈਥੋਲੋਜੀ ਦੇ ਵਿੱਚ ਇਹਦਾ ਜ਼ਿਕਰ ਬਾਰ ਬਾਰ ਆਉਂਦਾ ਹੈ। ਛਲੇਡੀਆਂ ਦਾ ਨਾਮ ਲਿਆ ਜਾਂਦਾ ਹੈ, ਜਿਹੜੇ ਹੈਗੇ ਵੀ ਹੈ ਨਹੀਂ ਵੀ ਹੈਗੇ, ਜਿਹੜੇ ਗੁੱਡ ਐਂਡ ਈਵਲ ਤੋਂ ਪਰੇ ਰਹਿੰਦੇ ਹੈ, ਜਿਹੜੇ ਫਲੂਇਡ ਹੈ, ਜਿਹਨਾਂ ਦੀ ਕੋਈ ਆਈਡੈਂਟੀ ਨਹੀਂ, ਜਿਹੜੇ ਨਾਰਦ ਦੀ ਤਰ੍ਹਾਂ ਤਿੰਨਾਂ ਲੋਕਾਂ 'ਚ ਤੁਰੇ ਫਿਰਦੇ, ਜਿਹੜੇ ਨਾ ਆਦਮੀ ਹੈ ਨਾ ਔਰਤ ਹੈ ਨਾ ਕੁਛ ਹੋਰ ਹੈ, ਹੈਗੇ ਵੀ ਹੈ ਨਹੀਂ ਵੀ ਹੈਗੇ, ਜਿਹੜੇ ਬਾਉਂਡਰੀਜ਼ ਨੂੰ ਡਿਜ਼ੋਲਵ ਕਰਦੇ ਹੈ, ਕਿਉਂਕਿ ਬਾਉਂਡਰੀਜ਼ ਨੂੰ ਡਿਜ਼ੋਲਵ ਕੀਤੇ ਬਗੈਰ ਨਵੀਆਂ ਬਾਉਂਡਰੀਜ਼ ਨਹੀਂ ਬਣਾਈਆਂ ਜਾ ਸਕਦੀਆਂ, ਇਸ ਲਈ ਦੇਖਣ ਦੇ ਨਵੇਂ ਤਰੀਕੇ ਪੈਦਾ ਨਹੀਂ ਕੀਤੇ ਜਾ ਸਕਦੇ। ਸੋ ਕਲਾਕਾਰ ਇਸ ਤਰੀਕੇ ਨਾਲ ਇੱਕ ਟ੍ਰਿਕਸਟਰ ਹੈ, ਨੈਗੇਟਿਵ ਸੈਂਸ ਵਿੱਚ ਨਹੀਂ, ਇਸ ਸੈਂਸ ਦੇ ਵਿੱਚ ਕਿ ਉਹ ਜੋ ਵੀ ਹੈ ਉਸ 'ਤੇ ਸਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ, ਜੋ ਵੀ ਸਥਾਪਿਤ ਹੈ ਉਸਨੂੰ ਤੋੜਦਾ ਹੈ, ਜੋ ਵੀ ਪੱਥਰ ਹੋ ਗਿਆ ਉਹਨੂੰ ਪਿਘਲਾਉਂਦਾ ਹੈ ਤਾਂ ਕਿ ਨਵੀਆਂ ਸੰਭਾਵਨਾਵਾਂ ਬਣ ਸਕਣ। ਦੇਖਣ ਦੀਆਂ ਸੰਭਾਵਨਾਵਾਂ ਲਈ ਜ਼ਰੂਰੀ ਹੈ ਕਿ ਹੱਦਾਂ ਹੋਣ, ਪਰ ਹੱਦਾਂ ਹੋਣ ਉਸ ਤੋਂ ਬਾਅਦ ਉਹਨਾਂ ਹੱਦਾਂ ਨੂੰ ਤੋੜਨਾ ਵੀ ਜ਼ਰੂਰੀ ਹੈ। ਸੋ ਆਖਿਰ ਵਿੱਚ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਿਰਜਣਾ ਉਦੋਂ ਪੱਕ ਜਾਂਦੀ ਹੈ ਜਦੋਂ ਲੇਖਕ ਨੂੰ, ਕਲਾਕਾਰ ਨੂੰ ਆਪਣੀ ਵੋਇਸ ਮਿਲ ਜਾਂਦੀ ਹੈ, ਆਪਣੇ ਹੱਥ ਮਿਲ ਜਾਂਦੇ ਹੈ, ਆਪਣੇ ਕੰਨ ਮਿਲ ਜਾਂਦੇ, ਆਪਣੇ ਪੈਰ ਮਿਲ ਜਾਂਦੇ, ਜੇ ਡਾਂਸਰ ਹੈ ਤਾਂ ਜਿਵੇਂ ਵੋਇਸ ਨੂੰ ਸਟਾਈਲ ਆਫ ਥੋਟ ਕਿਹਾ ਗਿਆ ਹੈ, ਸੋਚਣ ਦਾ ਅੰਦਾਜ਼ ਹੈ। ਤੁਸੀਂ ਦੇਖੋ ਕਿ ਕੋਈ ਵੀ ਸਿਰਜਣਾ ਸਿੰਗੂਲੈਰਿਟੀ ਤੋਂ ਬਗੈਰ ਨਹੀਂ ਹੁੰਦੀ, ਇਹ ਹੋ ਹੀ ਨਹੀਂ ਸਕਦਾ ਕਿ ਸਿਰਜਣਾ ਵੀ ਹੋਵੇ ਤਾਂ ਕਿਸੇ ਹੋਰ ਵਰਗੀ ਹੋਵੇ। ਸੋ ਇਹ ਜਿਹੜੀ ਥਿਓਰੈਟੀਕਲ ਪੋਜੀਸ਼ਨ ਇਹ ਆ ਗਈ ਹੈ ਕਿ ਅਸੀਂ ਸਾਰੇ ਇੱਕੋ ਤਰ੍ਹਾਂ ਦੇ ਹੁੰਦੇ ਹਾਂ, ਅਸੀਂ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ, ਅਸੀਂ ਬਰਾਬਰ ਜ਼ਰੂਰ ਹੁੰਦੇ ਹਾਂ ਲੇਕਿਨ ਬਰਾਬਰ ਇਸ ਕਰਕੇ ਹੁੰਦੇ ਹਾਂ ਕਿਉਂਕਿ ਅਸੀਂ ਸਾਰੇ ਅਲੱਗ ਅਲੱਗ ਹਾਂ। ਲੇਕਿਨ ਉਸ ਅਲੱਗ ਅਲੱਗ ਹੋਣ ਦੇ ਵਿੱਚ ਆਪਣੀ ਉਹ ਸਿੰਗੂਲੈਰਿਟੀ ਲੱਭਣਾ ਉਹ ਸਾਧਨਾ ਦਾ ਕੰਮ ਹੈ, ਉਹ ਪਈ ਪਾਈ ਥੱਲੇ ਥਾਲੀ ਦੇ ਉੱਪਰ ਨਹੀਂ ਮਿਲਦੀ। ਇਹ ਨਹੀਂ ਹੁੰਦਾ ਕਿ ਅਚਾਨਕ ਸਵੇਰੇ ਅੱਖਾਂ ਖੋਲ੍ਹੋ ਅਤੇ ਮਿਲ ਜਾਏ, ਉਹ ਲੱਭਣੀ ਪੈਂਦੀ ਹੈ, ਤਰਾਸ਼ਣੀ ਪੈਂਦੀ ਹੈ। ਫਿਰ ਕੀ ਹੁੰਦਾ ਹੈ, ਜਦੋਂ ਅਸੀਂ ਭਾਸ਼ਾ ਦੇ ਵਿੱਚ ਇਹ ਕੰਮ ਕਰਦੇ ਹਾਂ ਤਾਂ ਜੇਮਸਨ ਦੀ ਗਲਤੀ ਸਾਨੂੰ ਸਾਹਮਣੇ ਨਜ਼ਰ ਆ ਜਾਂਦੀ ਹੈ। ਫਰੈਡਰਿਕ ਜੇਮਸਨ ਕਹਿੰਦਾ ਹੈ ਕਿ ਭਾਸ਼ਾ ਇੱਕ ਜੇਲ੍ਹ ਹੈ, ਇੱਥੇ ਕਿਤਾਬ ਦਾ ਟਾਈਟਲ ਵੀ ਹੈ, ਦਾ ਪ੍ਰਿਜ਼ਨ ਹਾਊਸ ਆਫ ਲੈਂਗੁਏਜ। ਸਿਰਜਣਾ ਦੇ ਵਿੱਚ ਸਾਡਾ ਅਨੁਭਵ ਇਹ ਹੁੰਦਾ ਹੈ ਕਿ ਭਾਸ਼ਾ ਇੱਕ ਮੰਦਿਰ ਹੈ, ਭਾਸ਼ਾ ਇੱਕ ਗੁਰਦੁਆਰਾ ਹੈ, ਭਾਸ਼ਾ ਇੱਕ ਉਸ ਤਰ੍ਹਾਂ ਦੀ ਮਸਜਿਦ ਹੈ ਜਿਸ ਵਿੱਚ ਪ੍ਰਸਾਦ ਦਾ ਅਹਿਸਾਸ ਹੁੰਦਾ ਹੈ, ਜਿਸ ਦੇ ਵਿੱਚ ਰੋਸ਼ਨੀ ਦਾ, ਖੁੱਲ੍ਹੇਪਨ ਦਾ, ਮਿਠਾਸ ਦਾ, ਸੰਗੀਤ ਦਾ ਅਹਿਸਾਸ ਹੁੰਦਾ ਹੈ, ਉਹ ਜੇਲ੍ਹ ਨਹੀਂ ਹੈ। ਇਸ ਲਈ ਸਿਰਜਣਾ ਸਾਡੀ ਆਖਰੀ ਗਾਰੰਟੀ ਹੈ ਅੱਜ ਦੇ ਮੌਕੇ 'ਚ, ਜਦੋਂ ਮੀਡੀਓਕ੍ਰਿਟੀ, ਯੂਨੀਫੋਰਮਿਟੀ, ਹੋਮੋਜਨਾਈਜੇਸ਼ਨ ਔਰ ਠੋਸੀ ਗਈ ਮੈਟਾਫਿਜ਼ੀਕਲ ਸੱਚਾਈ ਸਾਨੂੰ ਇਨਸਾਨ ਬਣਨ ਤੋਂ ਰੋਕਣ ਲਈ ਆਉਂਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।